ਦੁਪਹਿਰ ਗੁਰਦੁਆਰਾ ਰਾਮਗੜੀਆ ਵਿਸ਼ਵਕਰਮਾ ਸਭਾ ਸੁਤਹਿਰੀ ਰੋਡ ਵਿਖੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਗੁਰਦੁਆਰਾ ਸਾਹਿਬ ਦੇ ਕਮਰੇ ਚੋਂ ਧੂੰਆਂ ਨਿਕਲਦਾ ਨਜ਼ਰ ਆਇਆ ਅਤੇ ਦੇਖਦੇ ਹੀ ਦੇਖਦੇ ਕਮਰੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗ ਪਈਆਂ, ਜਿਸ ਦੇ ਚੱਲਦੇ ਤੁਰੰਤ ਸਥਾਨਕ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਫਾਇਰ ਅਫਸਰ ਮਾਨ ਸਿੰਘ ਨੇ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਲਈ 2 ਗੱਡੀਆਂ ਲੱਗ ਗਈਆਂ। ਦੁਪਹਿਰ ਗੁਰਦੁਆਰਾ ਸਾਹਿਬ ਦੇ ਜਿਸ ਕਮਰੇ ਨੂੰ ਅੱਗ ਲੱਗੀ ਉਸ ਵਿੱਚ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਦੇ ਭਾਈ ਸਾਹਿਬ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਇਸ ਮੌਕੇ ਜਸਪਾਲ ਸਿੰਘ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਅੱਗ ਵਿੱਚ ਗੁਰਦੁਆਰੇ 'ਚ ਕੰਮ ਕਰਦੇ ਭਾਈ ਸਾਹਿਬ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ, ਜਦਕਿ ਨਾਲ ਦੇ ਕਮਰੇ 'ਚ ਸੁੱਖ ਆਸਨ ਕੀਤੇ ਸਰੂਪ ਬਾਲ ਬਾਲ ਬਚ ਗਏ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਪੂਰੇ ਮਾਮਲੇ ਨਾਲ ਸੰਬੰਧਿਤ ਲੋਕਾਂ ਨੇ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 20 ਤਰੀਕ ਨੂੰ ਦੁਪਹਿਰੇ 1 ਵਜੇ ਦੇ ਕਰੀਬ ਅਚਾਨਕ ਗੁਰਦੁਆਰਾ ਰਾਮਗੜੀਆ ਵਿਸ਼ਵਕਰਮਾ ਸਭਾ ਦੇ ਵਿੱਚ ਅਚਾਨਕ ਉੱਪਰਲੇ ਕਮਰੇ ਵਿੱਚ ਅੱਗ ਦੀਆਂ ਲਾਟਾਂ ਨਿਕਲੀਆਂ, ਜੋ ਸਾਰੀ ਸੰਗਤ ਨੇ ਆਲੇ ਦੁਆਲੇ ਸਭ ਨੇ ਦੇਖੀਆਂ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਉਸ ਚੀਜ਼ ਨੂੰ ਕੰਟਰੋਲ ਕੀਤਾ। ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਨਾਲ ਮਹਾਰਾਜ ਦੇ ਸੁਖਾਸਨ ਦਾ ਸੀਗਾ ਜੀ, ਸੁਖਾਸਨ ਦਾ ਸੀਗਾ ਕਮਰਾ ਸੀਗਾ, ਪਰ ਉਹਦੇ ਵਿੱਚ ਇਹ ਮਹਾਰਾਜ ਦੇ ਇੱਕ ਵੀ ਸਰੂਪ ਨੂੰ ਉਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਇੱਕ ਵੀ ਸਰੂਪ ਨੂੰ ਕੋਈ ਨੁਕਸਾਨ ਨਹੀਂ ਹੋਇਆ, ਕਿਸੇ ਪੋਥੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਸ ਅਕਾਲ ਪੁਰਖ ਨੇ ਬਹੁਤ ਕਿਰਪਾ ਕੀਤੀ ਹੈ, ਇਸ ਕਰਕੇ ਅੱਗ ਦਾ ਨੁਕਸਾਨ ਬਾਅਦ ਦੇ ਵਿੱਚ ਦੇਖਿਆ ਜਾਵੇਗਾ ਵੀ ਕੀ ਹੋਇਆ। ਉੱਤੇ ਸਾਡੇ ਸੇਵਾਦਾਰ ਗੁਰਦੀਪ ਸਿੰਘ ਜੀ ਰਹਿੰਦੇ ਸੀ ਪਾਠੀ ਸਿੰਘ, ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਦਾ ਸਮਾਨ ਸਾਰਾ ਸੜ ਕੇ ਸਵਾਹ ਹੋ ਗਿਆ, ਫਰਿੱਜ ਵੀ ਉਹਨਾਂ ਦਾ ਸਵਾਹ ਹੋ ਗਿਆ ਸੜ ਕੇ। ਮਹਾਰਾਜ ਦੇ ਸੁਖਾਸਨ ਦਾ ਕਮਰਾ ਬਿਲਕੁਲ ਉਸ ਅਕਾਲ ਪੁਰਖ ਨੇ ਆਪ ਹੱਥ ਦੇ ਕੇ ਰੱਖਿਆ, ਬਿਲਕੁਲ ਠੀਕ ਹੈ ਜੀ। ਕਿਸੇ ਤਰ੍ਹਾਂ ਦਾ ਮਹਾਰਾਜ ਦੇ ਸੁਖਾਸਨ ਦੇ ਕਮਰੇ ਦੇ ਵਿੱਚ ਅੱਗ ਛੂਹੀ ਵੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੌਕੇ 'ਤੇ ਜਦੋਂ ਮੈਂ ਸੈਸ਼ਨ ਚੌਂਕ 'ਚ ਮੌਜੂਦ ਸੀਗਾ, ਪਤਾ ਲੱਗਾ ਗੁਰਦੁਆਰਾ ਸਾਹਿਬ 'ਚ ਅਤੇ, ਲੇਕਿਨ ਇੰਨੀ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਦਿਨੇ ਹੋਇਆ ਇਹ ਗੱਲ ਜਿਹੜੀ ਹੋਈ ਹੈ, ਸ਼ੋਰਟ ਸਰਕਟ ਹੋਇਆ, ਜੋ ਵੀ ਹੋਇਆ, ਜਿਹੜੀ ਘਟਨਾ ਹੋਣੀ ਉਹ ਹੁੰਦੀ ਹੈ, ਕਿਉਂਕਿ ਲੋਕਾਂ ਨੇ ਥੱਲੇ ਬਰਵਾਹ ਸਾਹਿਬ ਦੀ ਦੁਕਾਨ ਹੈ, ਸੱਜਾਂ ਵਾਲਿਆਂ ਨੇ ਸਾਰਿਆਂ ਨੂੰ ਦੇਖ ਕੇ ਫਟਾਫਟ ਫਾਇਰ ਬ੍ਰਿਗੇਡ ਨੂੰ ਕੀਤਾ। ਔਰ ਮੈਂ ਇਹ ਤਾਂ ਇੱਥੇ 2 ਸ਼ਬਦ ਕਹਿਣ ਲੱਗਾ ਵੀ ਜਿੱਥੇ ਗੁਰੂ ਕਿਰਪਾ ਹੋਈ ਆ ਪੂਰੀ ਇਸ ਗੁਰੂ ਘਰ 'ਤੇ, ਵੀ ਕੋਈ ਇੱਦਾਂ ਦੀ ਚਲੋ ਨੁਕਸਾਨ, ਜਿਹੜਾ ਸਮਾਨ ਦਾ ਨੁਕਸਾਨ ਬੰਦਾ ਝੱਲ ਲੈਂਦਾ, ਕੋਈ ਜਾਨੀ ਨੁਕਸਾਨ ਤੋਂ ਬਚਵੇ ਉਹਨੂੰ ਆਪਾਂ ਨੁਕਸਾਨ ਤਾਂ ਦੁਨੀਆ ਦੇ ਬਾਕੀ ਸਭ ਚੀਜ਼ਾਂ ਬਣ ਜਾਂਦੀਆਂ। ਸਭ ਤੋਂ ਵੱਡੀ ਗੱਲ ਆ ਸਾਡੀ ਜਿਹੜੀ ਫਾਇਰ ਸਰਵਿਸ ਹੈ, ਮੈਂ ਇਹ ਜਿਹੜੇ ਬੰਦੇ ਆ ਸਾਡੇ ਹਮੇਸ਼ਾ ਹੀ, ਮੈਂ ਇਹਨਾਂ ਨੂੰ ਅੱਜ ਤੋਂ 2-1.5 ਸਾਲ ਪਹਿਲਾਂ ਜੁਗਲ ਦੀ ਚੱਕੀ 'ਤੇ ਅੱਗ ਲੱਗੀ, ਇਹੀ ਮੁੰਡੇ ਇਹਨਾਂ ਨੇ ਉਦੋਂ ਸਵੇਰੇ ਤੜਕੇ ਲੱਗੀ ਸੀਗੀ, ਸਾਰਾ ਸ਼ਹਿਰ ਉੱਥੇ ਮੌਜੂਦ ਸੀਗਾ, ਇਹਨਾਂ ਨੇ ਉਸ ਵੇਲੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਅੰਦਰ ਸਾਹ ਨਹੀਂ ਸੀ ਆਉਂਦਾ, ਛੱਤਾਂ ਡਿੱਗਣ ਡੀਆਂ ਸੀਗੀਆਂ ਚੱਕੀ ਦੀਆਂ, ਇਹਨਾਂ ਨੇ ਉਦੋਂ ਵੀ ਜਾਨ 'ਤੇ ਖੇਲ ਕੇ ਪੂਰਾ ਉਸ ਚੀਜ਼ ਨੂੰ ਕੰਟਰੋਲ ਕੀਤਾ ਸੀ। ਔਰ ਮੈਂ ਇੱਥੋਂ ਪ੍ਰਸ਼ਾਸਨ ਨੂੰ ਔਰ ਆਪਣੇ ਤੌਰ 'ਤੇ ਵਿਸ਼ੇਸ਼ ਤੌਰ 'ਤੇ
ਹੁਸ਼ਿਆਰਪੁਰ ਦੇ ਡੀਸੀ ਸਾਹਿਬ ਨੂੰ, ਕਮਿਸ਼ਨਰ ਸਾਹਿਬ ਸਾਡੇ ਕਾਰਪੋਰੇਸ਼ਨ ਦਿਆਂ ਨੂੰ, ਸੁੰਦਰ ਸ਼ਾਮ ਅਰੋੜਾ ਜੀ ਨੂੰ, ਇਹ ਪਹਿਲਾਂ ਵੀ ਜਾ ਕੇ ਮਿਲ ਕੇ ਆਏ ਆ ਮੁੰਡੇ, ਇਹਨਾਂ ਨੂੰ ਘੱਟ ਤੋਂ ਘੱਟ ਮੈਂ ਅਰੋੜਾ ਜੀ ਨੂੰ ਹੁਣ ਵੀ ਇਹਨਾਂ ਵੱਲੋਂ ਅਪੀਲ ਕਰਨੀ ਇੱਕ ਵਾਰੀ ਜਾ ਕੇ, ਔਰ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਇਹ ਮੁੰਡਿਆਂ ਨੂੰ ਘੱਟ ਤੋਂ ਘੱਟ ਜਿਹੜਾ ਡੀਸੀ ਰੇਟ ਜ਼ਰੂਰ ਦਿੱਤਾ ਜਾਵੇ। ਇਹ ਹਮੇਸ਼ਾ ਹੀ ਬੜੀ ਐਫੀਸ਼ੀਐਂਟ ਸਰਵਿਸ ਕਰਦੇ, ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਕਦੀ ਵੀ। ਇਹੀ ਟੀਮ ਉੱਥੇ ਮੌਜੂਦ ਸੀਗੀ ਉਦੋਂ, ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਪੂਰੀ ਹੋ ਨਹੀਂ ਰਹੀ। ਮੈਂ ਉਹਦੇ ਲਈ, ਮੈਂ ਹੁਸ਼ਿਆਰਪੁਰ 'ਚ ਮੰਤਰੀ ਸਾਹਿਬ ਬੈਠੇ, ਮੈਂ ਉਹਨਾਂ ਨੂੰ ਫਿਰ ਜਾ ਕੇ ਅਪੀਲ ਕਰੂੰਗਾ, ਜਾ ਕੇ ਇਹਨਾਂ ਨੂੰ ਵੀ ਨਾਲ ਲੈ ਕੇ ਇੱਕ ਵਾਰੀ ਫਿਰ ਗੱਲ ਕਰਾਂਗੇ। ਅੱਜ ਇਹਨਾਂ ਨੇ ਜਿਹੜਾ ਮੌਜੂਦਾ ਹਾਲਾਤ ਦੇ ਵਿੱਚ ਜਾ ਕੇ ਇਹਨਾਂ ਨੇ ਅੱਜ ਮੌਕਾ ਸਾਂਭਦੇ ਆ, ਅਤੇ ਇਹਨਾਂ ਦੀ ਆਪਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਸਮਾਜ ਜਿਹੜਾ ਹੈ। ਅਤੇ ਸਾਨੂੰ ਲੱਗਦਾ ਇੰਨਾ ਈਜ਼ੀ ਕੰਮ ਹੈ, ਅੰਦਰ ਧੂੰਏ ਦੇ ਵਿੱਚ ਜਾਣਾ ਬਹੁਤ ਔਖਾ ਕੰਮ ਹੁੰਦਾ। ਇਹ ਕਦੀ ਬੇਪਰਵਾਹ ਹੋ ਕੇ ਕੰਮ ਕਰਦੇ ਆ ਮੁੰਡੇ ਆਪਣੀ ਜਾਨ 'ਤੇ ਖੇਲ ਕੇ, ਅਤੇ ਬੜੀ ਫਿਰ ਵੀ ਕਿਰਪਾ ਹੈ, ਔਰ ਸਾਰੀ ਸੰਗਤ ਇੱਥੇ ਬੈਠੀ ਸੀਗੀ ਅਤੇ ਇਕੱਠੇ ਹੋ ਕੇ ਜਿਹੜਾ ਮੌਕੇ 'ਤੇ ਕਾਬੂ ਪਾ ਲਿਆ, ਇਹ ਬਹੁਤ ਸ਼ਲਾਘਾਯੋਗ ਕੰਮ ਹੈ। ਮਾਨ ਸਿੰਘ ਫਾਇਰ ਅਫਸਰ, ਮਾਨ ਸਿੰਘ, ਗੱਡੀਆਂ ਦੋ ਲੱਗ ਗਈਆਂ ਜੀ। ਇੱਕ ਵੀ ਤਾਂ ਸਾਨੂੰ ਕਾਲ ਆਈ ਕਿ ਸਤਹਿਰੀ ਰੋਡ 'ਤੇ ਗੁਰਦੁਆਰੇ 'ਚ ਅੱਗ ਲੱਗੀ ਹੈ, ਅਤੇ ਅਸੀਂ ਤੁਰੰਤ ਹੀ ਗੱਡੀਆਂ ਲੈ ਕੇ ਪਹੁੰਚੇ ਅਤੇ ਆ ਕੇ ਲਗਭਗ ਘੰਟਾ ਡੇਢ ਘੰਟਾ ਸਾਡਾ ਲੱਗ ਗਿਆ ਜੀ ਅੱਗ ਬੁਝਾਉਣ 'ਤੇ। ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਅਤੇ ਸਮਾਨ ਸਮੂਨ ਅਤੇ ਰਜਾਈਆਂ ਵਗੈਰਾ ਸੀਗੀਆਂ ਜ਼ਿਆਦਾ ਕਰਕੇ, ਅਤੇ ਉਹ ਤਾਂ ਸੜੀ ਗਈਆਂ, ਅੱਗ 'ਤੇ ਕਾਬੂ ਪਾ ਲਿਆ ਜੀ।